আসসালামু আলাইকুম দোস্তো কিমিয়ালে ঠিকো উমিদ কি রে না সারে ভিরা ঠিক ঠিক খায়র খায়রাত না আলহামদুলিল্লাহ মে ভি তর দোরে একদম ফিট ফাটা আপিয়া মোহাম্মদ শাহজাত ভেলা মুন্ডা আজ মে तेरे नाल खुद مخاطب ہاں ঠিক এ না پہلے তা মে অডিয়েন্স কো আদানা আজ মে तेरे नाल खुद مخاطب ہاں মে تی স্পেশাল तेरे वास्ते ভিডিও বনা দা পে ঠিক এ না ক্যুনকে তু meri ভিডিও দেখ সে لازমি ক্যুনকে যোনে تے کوئی ریঅ্যাক্ট والی ভিডিও বনা না তা ও উں دے کول لازমি পৌঁছ دی ঠিক এ এ হিক ইউটিউব دا اصول হে اگر سکھے تے ویڈیو بڑے دے تے او اوندا تک لازمی پہنچ جے کہے تے اگر یعنی کہ کیں کو ایکسپوز کر ہوتا ٹھیک ہے تا میں اج تے کو دساون والا میں تے کو اک ویڈیو دا کلپ دکھائیں نا دتا سکر دو سکر دو گیا ودا میں تا اوتھے یعنی کہ ٹھیک سارے لوک ہیں پے اک جھا دے اوتے جتھو او تو چشمی تو پانی تلے ڈھاندا کھڑائی نا اون جھا دے اوتے جس ٹائم تو ویڈیو اپڑی پتہ نہیں میرے خیال تے تیرا کیمرہ بند ہے ٹھیک ہے ਤੇ ਨਾਲ ਢਿੱਕ ਸਾਰੇ ਲੋਕ ਖੜੇ ਉੱਥਾ ਯਾਨੀ ਕਿ ਇੱਕ ਬੰਦਾ ਕੋ ਇਹ ਜੀਆਂ ਹਾਈ ਤੇਰੀ ਵੀਡੀਓ ਬਣਾ ਮਾਰੀ ਤੇਰੀ ਵਾਈਫ ਦੇ ਮੁਕੰਮਲ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਯਾਨੀ ਕਿ ਤੇਰੀ ਵਾਈਫ ਦਾ ਚਿਹਰਾ ਨਜ਼ਰ ਆਂਦਾ ਹੈ ਪੂਰਾ ਜਿਸਮ ਨਜ਼ਰ ਆਂਦਾ ਹੈ ਤੇਰੀ ਨਾਲ ਨਜ਼ਰ ਆਂਦਾ ਤੂੰ ਦੇ ਹੱਥ ਨਾ ਪੀ ਵਦ ਤੇਰੇ ੜੀ ਹੈ ਨਾ ਬੇਗਮ ਉਹਦਾ ਸਿਰ ਤੇ ਚੁੰਨੀ ਵੀ ਕਾਣੀ ਰੱਤੇ ਰੰਗ ਦੀ ਟੋਪੀ ਹੈ ਠੀਕ ਹੈ ਨਾ ਤੇ ਪੀਲੇ ਰੰਗ ਦੇ ਕੱਪੜੇ ਹਨ ਚਿੱਟੇ ਰੰਗ ਦੀ ਗੁਰਗਾ ਵੀ ਪਾਤੀ ਹੈ ਠੀਕ ਹੈ ਮੈਂ ਉਹ ਵੀਡੀਓ ਹੀ ਤੁਹਾਨੂੰ ਦਿਖਾਣਾ ਠੀਕ ਹੈ ਵੀਡੀਓ ਦਿਖਾਉਣਾ ਤਾਂ ਮੇਰਾ ਮਕਸਦ ਹੀ ਨਹੀਂ ਕਿ ਮੈਂ ਵੀਡੀਓ ਲੀਕ ਕਰਦਾ ਪੀਆ ਠੀਕ ਹੈ ਨਾ ਉਹ ਮੈਂ ਤੈਨੂੰ ਕੋ HD ਕੁਆਲਿਟੀ ਚ ਨਹੀਂ ਦਿਖਾਇਆ ਮੈਂ ਤੈਨੂੰ ਸਿਰਫ ਖਾਲੀ ਸੈਂਪਲ ਦਿਖਾਇਆ ਠੀਕ ਹੈ ਨਾ ਤਾਂ ਕਿ ਮੈਂ ਵੀ ਉਹਦਾ ਮੈਂ ਪਰਦਾ ਰੱਖਦਾ ਪਿਆ ਠੀਕ ਹੈ ਬੇਲਾ ਮੁੰਡਾ ਮੁਮਨ ਸ਼ਹਾਜ਼ਦ ਮੈਂ ਤੇ ਪਰਦਾ ਰੱਖਦਾ ਪਿਆ ਮੈਂ HD ਕੁਆਲਿਟੀ ਦੇ ਵਿੱਚ ਇਹ ਵੀਡੀਓ ਕੋ ਪੇਸ਼ ਨਾ ਕਰੇ ਸਾਂ ਠੀਕ ਹੈ ਨਾ ਤੇ ਮੈਂ ਤੇ ਕੋਈ ਸੈਂਪਲ ਪੇਸ਼ ਕਰੇ ਸਾਂ ਤੇ ਕੋ ਪਤਾ ਲੱਗੇ ਭਾਈ ਗੱਲ ਕਰਨ ਦਾ ਸਕਨ ਅਸਲ ਮਕਸਦ ਇਹ ਮੈਂ ਤੇ ਕੋਈ ਵੀਡੀਓ ਇਹ ਵਾਸਤੇ ਲਿਖਾਉਂਦਾ ਪਿਆ ਕਿ ਤੂੰ ਇੱਥਾਂ ਕੈਮਰਾ ਦੇ ਸਾਹਮਣੇ ਸਿਰਫ ਉਹਦੇ ਹੱਥ ਆਉਣ ਦੇਣਾ ਠੀਕ ਹੈ ਤਾਂ ਪਾਕਿਸਤਾਨ ਕਿਥਾਈ ਵੀ ਤੂੰ ਤੇ ਨਾਲ ਰਹਿੰਦੀ ਹੈ ਯਾਨੀ ਕਿ ਬੇਗਮ ਮਲਤਾਨ ਵੈਂਦੀ ਹੈ ਵਗੈਰਾ ਵਗੈਰਾ ਠੀਕ ਸਾਰੀਆਂ ਸ਼ਹੀਦ ਤੇ ਵਧੀਆਂ ਨੇ ਕਾਰ ਚ ਵਧੀਆਂ ਹੁੰਦੀ ਹੈ ਤਾਂ ਤੂੰ ਕੋ ਮਾਸਕ ਪਾਉਈ ਉਹਦਾ ਨਾ ਠੀਕ ਹੈ ਤੇ ਬਿਆ ਨੁਕਾਬ ਹੁੰਦਾ ਉੱਤਾਂ ਸਕਰਦੂ ਦੇ ਵਿੱਚ ਤੇ ਕੋ ਪਤਾ ਕਾਂ ਵੀ ਮੇਰੇ ਵੀਵਰ ਕਾਂ ਨਹੀਂ ਠੀਕ ਹੈ ਤੇ ਕੋ ਉਹ ਤਾਂ ਤੂੰ ਫੂਕੇ ਮਾਰ ਖੜਦਾ ਮੇਰੇ ਚਾਹਣ ਵਾਲੇ ਹਰ ਜਾਤੇ ਹੀਨ ਮੇਰੇ ਫੈਨ ਇਨ ਢਿਕਸਾ ਡੇਰੀ ਜਾਤੇ ਮੈਂ ਨਾ ਮੇਰੇ ਫੈਨ ਹੁੰਦੇ ਠੀਕ ਹੈ ਨਾ ਤੇ ਤੈ ਉਥਾਂ ਸਿਰ ਤੇ ਚੁੰਨੀ ਨਹੀਂ ਕਰਵਾਈ ਠੀਕ ਹੈ ਨਾ ਹੁੰਦਾ ਕੋਈ ਮਾਸਕ ਹੈ ਮੈਂ ਵੀਡੀਓ لازਮੀ ਦਿਖਾਉਣਾ ਕਿਉਂਕਿ ਆਵਾਮ ਇਹ ਨਾ ਕਿ ਭਈ ਤੂੰ ਕੂੜ ਮਰਦਾ ਪਿਆ ਠੀਕ ਹੈ ਨਾ ਤੇ ਕੋ ਉਥਾਂ ਬੰਦੇ ਨਜ਼ਰ ਨਹੀਂ ਆਉਂਦੇ ਤੇ ਕੋ ਯਾਨੀ ਕਿ ਤੇਰੀ ਹਿਆ ਤ ਉਹ ਕਾ ਹੈ ਕੋ ਨਾ ਨਾ ਤੇ ਕੋ ਤੇ ਨਾ ਅਸਲ ਤੇ ਕੋ ਕੋ ਨਹੀਂ ਕਿਉਂਕਿ ਤੈ ਉਕੂ ਇਤਨੇ ਜੋ ਬੰਦੇ ਖੜੇ ਹਨ ਤੇ ਉਹਨਾਂ ਕੋ ਪਤਾ ਨਹੀਂ ਵੀ ਯੂਟਿਊਬਰ ਹੈ ਜਾਂ यूट्यूबर होवे या ना होवे ठीक है उनको कोई लड़की कें को नजर आ वे तो वीडियो अगर उनको कोई मौका मिल वे तो यानी कि मौका हथु नहीं मना ठीक है ना नम कम अज़ कम मास्क चढ़ावना चाहिए ओ यानी कि अपनी जनानी को ठीक है ना चलो सिर त चुन्नी बेही यानी कि है हैई लि मुँह धोते मास्क होना चाहिए ठीक है न मुँह धोते मास्क है ना सिर ना 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 चुन्नी है ठीक है ाल मैया खाली चुन्न थी जी अस बोछछड़ा को ठीक है ना सिर धे टोपिए ਮੈਂ ਉਹ ਲਾਜ਼ਮੀ ਤੁਸੀਂ ਸਭ ਤੋਂ ਪਹਿਲੇ ਵੀਡੀਓ ਹੁੰਦੇ ਦੇਖ ਨਾ ਆਜੋ ਕੋਈ ਆਜੋ ਪਹਾੜੋਂ ਆਜੋ ਮਮਾ ਸ਼ਾਜ਼ਾਦ ਤੇ ਕੋ ਪਤਾ ਲੱਗ ਗਿਆ ਉਸੇ ਤਾਈਂ ਵੀਡੀਓ ਦੇਖ ਗਈ ਦਿਓ ਸੀ ਤੇਰੀ ਆਡੀਅੰਸ ਦੇਖ ਗਈ ਦੀ ਮੇਰੀ ਵੀ ਆਡੀਅੰਸ ਦੇਖ ਗਈ ਦੀ ਹਰ ਕਹ ਕੋ ਇਹ ਤਾਂ ਪਤਾ ਲੱਗ ਗਿਆ ਨਾ ਭਾਈ ਤੂੰ ਖੁਦ ਬਹੀ ਆਂ ਠੀਕ ਹੈ ਨਾ ਤੂੰ ਆਪ ਵੀਡੀਓ ਲੀਕ ਕਰਵਾਣਾ ਹੈ ਤੇ ਕੋ ਯਾਨੀ ਕਿ ਇਤਨੀ ਪਬਲਿਕ ਦੇ ਵਿੱਚ ਹਰ ਕੋਈ ਕੈਮਰਾ ਚਾਹੀਦਾ ਹੁੰਦਾ ਠੀਕ ਹੈ ਐਡੀ ਸੋਹਣੀ ਝਾ ਹੁੰਦੀ ਹੈ ਮਤਲਬ ਹਰ ਕੋਈ ਵੀਡੀਓ ਫੋਟੋ ਬਣਾਉਣ ਦੇ ਚੱਕਰ ਵਿੱਚ ਹੁੰਦਾ ਯਾਨੀ ਕਿ ਇਹ ਜੀ ਖੂਬਸੂਰਤ ਝਾ ਤੇ ਜੋ ਅਕਸਰੀਤ ਲੋਕ ਆਣ ਨਹੀਂ ਵਾਸਤੇ ਆਣ ਫੋਟੋ ਸੈਸ਼ਨ ਕਰਨ ਵਾਸਤੇ ਵੀਡੀਓ ਵਾਸਤੇ ਠੀਕ ਹੈ ਨਾ ਤੇ ਤੇ ਕੋ ਇਹ ਚੀਜ਼ ਆਪ ਸੋਚਣੀ ਜੀ ਦੀ ਕਮਸ ਕ ਮਾਸਕ ਲਾਉਣਾ ਚਾਹੀਦਾ ਠੀਕ ਹੈ ਨਾ ਤੋਂ ਆਪ ਖੁੱਲੀ ਛੁੱਟ ਦਿੱਤੀ ਹੋਈ ਵੀ ਮੇਰੀ ਵਾਸੇ ਵੀਵਰਸ਼ਿਪ ਮਿਲੇ ਠੀਕ ਹੈ ਤ ਤਾਂ ਆਪਣੇ ਡਿਲੀਟ ਤੇ ਰਿਵਿਊਸ ਡੋਂਥੀਨ ਤੂੰ ਇਹ ਬੇਹੀਆ ਕੰਮ ਸ਼ੁਰੂ ਕਰ ਗਏ ਨਾ ਠੀਕ ਹੈ ਬਾਕੀ ਸਾਰਾ ਇਹ ਕੋਈ ਕਸੂਰ ਕੋ ਨਹੀਂ ਤੇ ਬਾਕੀ ਬਸ ਇਹੋ ਕੁਝ ਕੈਮਰਾ ਬੰਦ ਕਰਦੇ ਪਏ ਤੇ ਉਮੀਦ ਕਰੇ ਤੋ ਕੋਈ ਆਈ ਦੀ ਵੀਡੀਓ ਚੰਗੀ ਲੱਗੇ ਸਗਰ ਚੰਗੀ ਲੱਗੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਪ੍ਰੈਸ ਕਰ ਤਾਂ ਕਿ ਸਾਰੀ ਨਵੀਂ ਵੀਡੀਓ ਤਰ ਤੱਕ ਬਾਸ ਨਹੀਂ ਪਹੁੰਚ ਸਕੀ ਬਾਕੀ ਸਾਲ ਮਿਲੂ ਨਵੀਂ ਵੀਡੀਓ ਤਦ ਤੱਕ ਲਈ ਅਲਵਸ ਬਾਏ